ਤਰੀਕ 22 ਮਾਰਚ ਸ਼ਾਹੀ ਕਿਲ੍ਹੇ ਦੇ ਦੀਵਾਨੇ ਹਾਸ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ। ਝੱਟ ਕੁ ਪਹਿਲਾਂ ਮਿਰਜ਼ਾ ਨਿਜ਼ਾਮਉਦੀਨ ਮਨਸਬਦਾਰ ਨੂੰ ਸ਼ਾਹੀ ਰੇਸ਼ਮੀ ਪੁਸ਼ਾਕ ਅਤੇ ਢੇਰ ਅਨਾਮ ਕਨਾਮ ਨਾਲ ਨਵਾਜ਼ਿਆ ਗਿਆ ਸੀ। ਪੂਰੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਵੱਲੋਂ 5,000 ਮਨਸਬਦਾਰ ਨੂੰ ਸਿੱਧਿਆਂ ਦਰਬਾਰ ਵਿੱਚ ਬੁਲਾ ਕੇ ਵਡਿਆਣਾ ਅਕਬਰ ਦੇ ਦਰਬਾਰੀਆਂ ਵਿੱਚੋਂ ਕਈਆਂ ਨੂੰ ਚੰਗਾ ਨਹੀਂ ਸੀ ਲੱਗਿਆ, ਪਰ ਬਾਦਸ਼ਾਹ ਨੂੰ ਦੁੱਲੇ ਭੱਟੀ ਨੂੰ ਬੰਦੀ ਬਣਾਉਣ ਦੇ ਜਿੰਨੇ ਚਾਚੜੇ ਸਨ ਉਹਨੂੰ ਉਤਾੜ ਕੇ ਦਰਬਾਰੀ ਆਪਣਾ ਵਿਚਲਾ ਸਾੜਾ ਬਾਹਰ ਨਹੀਂ ਸਨ ਆਉਣ ਦੇ ਰਹੇ। ਇਹ ਇੱਕ ਆਮ ਜੀ ਗੱਲ ਨਹੀਂ ਸੀ। ਅਕਬਰ ਬਾਦਸ਼ਾਹ ਫਤਿਹਪੁਰ ਸੀਕਰੀ ਨਵਾਂ ਬਣਿਆ ਆਪਣਾ ਤਖ਼ਤ ਸ਼ਹਿਰ ਛੱਡ ਕੇ ਪੰਜਾਬ ਵਿੱਚ ਚੱਲੀ ਨਾਬਰੀ ਦੀ ਲਹਿਰ ਨੂੰ ਠੱਲ ਪਾਉਣ ਲਈ ਆਪ ਲਹੁਰਾ ਗਿਆ ਸੀ। ਦੁੱਲੇ ਭੱਟੀ ਨੂੰ ਫੜਨ ਲਈ 1-2 ਨਹੀਂ ਸਹਿ ਸਾਰੀਆਂ ਸ਼ਾਹੀ ਢਾਣੀਆਂ ਗਈਆਂ, ਪਰ ਉਹ ਮਾਤ ਖਾ ਕੇ ਸਿਰ ਨਿਉਂ ਨਿਉਂ ਪਿਛਾਂ ਪਰਤਦੀਆਂ ਰਹੀਆਂ। ਅਕਬਰ ਬਾਦਸ਼ਾਹ ਕਚੀਚੀਆਂ ਵੱਟਦਾ ਉਹਨੂੰ ਆਪਣੇ ਪੁਰਾਣੇ 9 ਰਤਨਾਂ ਵਿੱਚੋਂ ਆਪਣੇ ਉਸਤਾਦ ਅਤੇ ਸਿਖਲਾਵੇ ਬੈਰਮ ਹਾਂ ਦਾ ਬਹੁਤ ਚੇਤਾ ਆਇਆ। ਜਦੋਂ ਅਕਬਰ ਅਜੇ 14 ਸਾਲਾਂ ਦਾ ਸੀ ਤਾਂ ਉਦੋਂ ਵੀ ਕਲਾਨੌਰ ਗੁਰਦਾਸਪੁਰ ਦੀ ਇੱਕ ਮੁਹਿੰਮ ਪਰੋਂ ਪੰਜਾਬ ਵਿੱਚ ਹੀ ਆਇਆ ਹੋਇਆ ਸੀ। ਆਪਣੇ ਬਾਦਸ਼ਾਹ ਪਿਓ ਹਮਾਇਉਂ ਦੇ ਮਰਨ ਦੀ ਖਬਰ ਸੁਣ ਕੇ ਇੱਥੇ ਹੀ ਬੈਰਮ ਹਾਂ ਨੇ ਇੱਟਾਂ ਦੀ ਇੱਕ ਆਰਦੀ ਥੜੀ ਬਣਾ ਕੇ ਉਹਨੂੰ ਤਖ਼ਤ ਮਿੱਥਿਆ ਅਤੇ ਅਕਬਰ ਨੂੰ ਬਹਾ ਕੇ ਉਹਦੇ ਬਾਦਸ਼ਾਹ ਹੋਣ ਦਾ ਹੌਕਾ ਚਫੇਰੇ ਦੇ ਦਿੱਤਾ। ਫਿਰ ਉਹਦੇ ਮਨਸਬਦਾਰਾਂ ਹੀ ਸਾਂਧਲ ਭੱਟੀ ਅਤੇ ਫਰੀਦ ਭੱਟੀ ਨੂੰ ਧੋਖੇ ਨਾਲ ਲਾਹੌਰ ਬੁਲਾ ਕੇ ਫਾਇਲ ਲਵਾਇਆ ਸੀ। 1556 ਤੀਕਰ ਬੈਰਮ ਹਾਂ ਹੋਰ ਕਈ ਇਲਾਕਿਆਂ ਦੇ ਨਾਲ ਨਾਲ ਪੰਜਾਬ ਦੇ ਵੱਡੇ ਹਿੱਸੇ ਉੱਤੇ ਵੀ ਚੁਗਤਾ ਸ਼ਾਹੀ ਦੇ ਝੰਡੇ ਝੂਲਦੇ ਆਪਣੇ ਸ਼ਗਿਰਦ ਨੂੰ ਵਹਾ ਚੁੱਕਾ ਸੀ। ਪਰ ਫਿਰ ਵੇਲਾ ਲੰਘਦਾ ਗਿਆ, ਬੈਰਮ ਹਾਂ ਬੁੱਢਾ ਹੋ ਗਿਆ, ਦਰਬਾਰੀ ਸਾਜ਼ਿਸ਼ਾਂ ਦਾ ਸ਼ਿਕਾਰ ਵੀ ਬਣਿਆ ਅਤੇ ਹੀਰ ਬਾਦਸ਼ਾਹ ਨੇ ਹਮੇਸ਼ ਲਈ ਉਹਨੂੰ ਅੱਖੋਂ ਪਰੋਖੇ ਕਰ ਦਿੱਤਾ। ਹੁਣ 9 ਰਤਨਾਂ ਵਿੱਚ ਅਬਦੁਲ ਰਹੀਮ ਹਾਨੇ ਹਾਨਾ, ਸ਼ੇਖ ਅਬੂ ਅਲ ਫਜ਼ਲ, ਅਬੁਲ ਫੈਜ਼ ਫੈਜ਼ੀ, ਬੀਰਬਲ, ਰਾਜਾ ਮਾਨ ਸਿੰਘ, ਮਿਰਜ਼ਾ ਅਜ਼ੀਜ਼ ਕੋਕਲਤਾਸ, ਹਾਸੇ ਮਾਹੌਲ ਲਈ ਮੁੱਲਾਂ 2 ਪਿਆਜ਼ਾ, ਸੁਰ ਸੰਗੀਤ ਲਈ ਤਾਨ ਸੈਨ ਮਜੂਸੀ, ਜਿੰਨੀ ਕਾਲ ਵਿੱਚ ਮੰਜ਼ਲਾਂ ਮਾਰਦਾ ਅਕਬਰ ਬਾਦਸ਼ਾਹ ਲਾਹੌਰ ਪੁੱਜਾ ਸੀ, ਸਾਰੇ ਰਤਨ ਇੱਥੇ ਨਹੀਂ ਸਨ ਆ ਸਕੇ। ਚਲੋ ਚੰਗਾ ਹੋਇਆ, ਬਾਦਸ਼ਾਹ ਆਪਣੀ ਮਨ ਦੀ ਮੁਰਾਦ ਪੂਰੀ ਕਰ ਗਿਆ ਸੀ। ਦੂਜੇ ਪਾਸੇ ਸ਼ਾਹੀ ਕਿਲ੍ਹੇ ਦੇ ਇੱਕ ਅੱਤ ਰਾਖੀ ਵਾਲੇ ਹਨੇਰੇ ਭੋਰੇ ਵਿੱਚ ਕਈ ਪੈਰਾਂ ਦਾ ਖੜਾਕ ਹੋਇਆ ਅਤੇ ਮੋਟੀਆਂ ਲਿਸ਼ਕਾਂ ਮਾਰਦੀਆਂ ਅੱਖਾਂ ਵਾਲਾ ਸੂਰਮਾ ਹੋਂਗ ਰਿਹਾ, ਵੱਤ ਆ ਗਿਆ ਤਸੀਹੇ ਦੇਣ ਦਰੋ ਗਿਆ, ਨਹੀਂ 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 ਦੁਲਿਆ ਇੱਧਰ ਮੂੰਹ ਕਰ, ਵੇਖ ਜ਼ਿਲ੍ਹੇ ਸੁਬਾਨੀ ਬਾਦਸ਼ਾਹ ਸਲਾਮਤ ਨੇ ਤੇਰੇ ਲਈ ਸ਼ਾਹੀ ਹਵਾਨ ਭੇਜੇ ਨੇ, ਰੱਜ ਰੱਜ ਕੇ ਖਾ ਪੀ ਅੱਜ। ਕੰਧ ਵੱਲ ਮੂੰਹ ਕਰਕੇ ਖਲੋਤਾ ਜਣਾ ਆਪਣਾ ਰੋਹ ਮੋੜਦਾ, ਨਾਲ ਆਏ ਗੋਲਿਆਂ ਦੀਆਂ ਹੱਥਾਂ ਵਿੱਚ ਫੜੀਆਂ ਮਸ਼ਾਲਾਂ ਦਾ ਚਾਨਣ ਹਨੇਰੇ ਨੂੰ ਚੀਰਦਾ ਕੈਦੀ ਉੱਤੇ ਪੈਂਦਾ ਏ। ਉਸ ਵੇਲੇ ਉਹਦਾ ਸੋਹਣਾ ਸੁਨੱਖਾ ਵਜੂਦ ਇੱਕ ਨੀਲੇ ਚਾਦਰੇ ਵਿੱਚ ਹੀ ਨਜ਼ਰ ਆਉਂਦਾ ਹੈ। ਲੰਮੀਆਂ ਲੜਾਈਆਂ ਅਤੇ ਫਿਰ ਇਸ ਤਹਿਖਾਨੇ ਵਿੱਚ ਕੈਦ ਹੋ ਕੇ ਵੀ ਵੇਖਣ ਵਾਲਿਆਂ ਦੀਆਂ ਨਜ਼ਰਾਂ ਉਹਦੇ 'ਤੇ ਠਹਿਰ ਨਹੀਂ ਰਹੀਆਂ। ਰੱਬਾ ਤੂੰ ਇਸ ਜਣੇ ਨੂੰ ਰੱਜ ਕੇ ਜੀਦਾਰੀ ਦੇਣ ਦੇ ਨਾਲ ਨਾਲ ਕਿੱਡਾ ਸੋਹਣਾ ਜੀ ਬਣਾਇਆ ਏ। ਵੇਖਦੀਆਂ ਅੱਖਾਂ ਚੁਫਾੜ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ, ਪਰ ਜਣਾ ਵੇਰਿਆ ਹੋਇਆ ਅੱਗੇ ਵੱਧ ਕੇ ਆਪਣੇ ਹੱਥ ਨਾਲ ਪਰੇ ਤਬਾਕ ਪਰਾਂ ਸੁੱਟਦਾ ਏ ਅਤੇ ਆਖਦਾ ਏ, ਮੈਂ ਚੁਗੱਤੇ ਦਾ ਕਲਿਆ ਕੁਝ ਨਹੀਂ ਹੂੰ ਖਾਣਾ, ਮੇਰੀ ਬੇਬੇ ਲੱਦੀ ਦਾ ਬਣਾਇਆ ਚੂਰਮਾ ਅਜੇ ਮਾਸਾ ਕੁ ਹੈ ਮੇਰੇ ਕੋਲ।